ਇਹ ਵੇਖੋ ਜੀ, ਇਹ ਜਿਹੜਾ ਮਹਾਮਾਈ ਦਾ ਸਲਾਨਾ ਝੰਡਾ ਨਾ, ਇਹ ਸਾਡਾ ਇਹ ਪ੍ਰੋਗਰਾਮ ਹੁੰਦਾ ਚਿੰਤਪੁਰਨੀ ਮਹਾਮਾਈ ਦੀ ਕਿਰਪਾ ਨਾਲ। ਅੱਜ ਸਾਡਾ ਜਿਹੜਾ ਇਹ ਮੰਦਿਰ ਰਾਮਵਾਲਾ ਤੋਂ ਚੱਲ ਕੇ ਅਸੀਂ ਇੱਥੋਂ ਆਪਣਾ ਆਰੇ ਵਾਲੀ ਗਲੀ ਕਾਲਜ ਦਾ ਬੈਕ ਸਾਈਡ, ਹਾਂਜੀ ਹਾਂਜੀ, ਮਤਲਬ ਜਿੰਨਾ ਜਿੰਨਾ ਲੋਕਾਂ ਦੇ ਘਰ ਸਟੇ ਆ, ਮਹਾਮਾਈ ਦਾ ਝੰਡਾ ਤੇ ਮਹਾਮਾਈ ਦੀ ਜੋਤ ਲੈ ਕੇ ਉਹਨਾਂ ਦੇ ਘਰ ਤੇ ਜਾਣਾ, ਤੇ ਜੋ ਉਹਨਾਂ ਦੀਆਂ ਇਛਾਵਾਂ, ਜੋ ਉਹਨਾਂ ਦੀਆਂ ਮਨੋਕਾਮਨਾ ਉਹ ਜੋਤ ਦੇ ਅੱਗੇ ਪੂਰੀਆਂ ਕਰਾਉਂਦੇ ਆ, ਤੇ ਅਸੀਂ ਉਹਨਾਂ ਦੀਆਂ ਇਛਾਵਾਂ ਜਿਹੜੀਆਂ ਮਹਾਮਾਈ ਚਿੰਤਪੁਰਨੀ ਦੇ ਝੰਡੇ ਚੜ੍ਹਾ ਕੇ ਸੌਣ ਦੀ ਅਸ਼ਟਮੀ ਵਾਲੇ ਦਿਨ ਉੱਥੇ ਅਸੀਂ ਉਹਨਾਂ ਦੀਆਂ ਇਹ ਮੇਲਾ, ਅਸੀਂ ਅਸੀਂ ਜਿਹੜਾ ਸਾਡਾ ਲੰਗਰ ਹੈ ਇਹ 8 ਤਰੀਕ ਨੂੰ ਇੱਥੇ ਰਵਾਨਾ ਹੋਣਾ ਜੀ, ਤੇ ਜਿਹੜੀ ਅਸ਼ਟਮੀ ਹੈ ਉਹ 13 ਤਰੀਕ ਦੀ ਆ, ਤੇ 6 ਦਿਨ ਮਹਾਮਾਈ ਚਿੰਤਪੁਰਨੀ ਦਵਾਤੇ ਅਸੀਂ ਆਪਣੀ 20 ਮੱਲੇ ਜਗ੍ਹਾ ਲੈ ਕੇ ਉੱਥੇ ਸਲਾਮ ਬਣਾਈ ਸਾਰੇ ਰਜੇ ਦੇ ਸਹਿਯੋਗ ਦੇ ਨਾਲ। ਬਾਹਰੋਂ NRI ਭਰਾਵਾਂ ਦਾ ਬਹੁਤ ਜ਼ਿਆਦਾ ਸਹਿਯੋਗ ਆਇਆ ਵਾ, ਹੁਣ ਵੀ ਜਦੋਂ ਅਸੀਂ ਲੰਗਰ ਲਾਉਂਦੇ ਹਾਂ NRI ਭਰਾ ਸਾਡਾ ਬਹੁਤ ਜ਼ਿਆਦਾ ਸਹਿਯੋਗ ਦਿੰਦੇ ਆ, ਹੁਣ ਵੀ ਅਸੀਂ ਉਹਨਾਂ ਉਹ ਹੀ ਉਮੀਦ ਕਰਦੇ ਹਾਂ ਕਿ ਸਾਰੇ ਭਰਾ ਸਾਨੂੰ ਰਲ ਮਿਲ ਕੇ ਸਹਿਯੋਗ ਦੇਣ, ਅਸੀਂ ਅੱਗੇ ਉੱਥੇ ਗਾਂ ਜਿਹੜੀ ਚਾਹੁੰਦੀ ਕਾਰਵਾਈ ਆ ਉਹ ਪੂਰੀ ਕਰ ਛੱਡੀਏ, ਤੇ ਜਿਹੜੀ ਆ ਅਸੀਂ ਸਾਡੀ ਜਗ੍ਹਾ ਲਈ ਸਲਾਂ ਦੀ ਆਪਦੇ ਨਾਂ ਦੀ ਗੱਲ ਸੀ, ਉਹ ਸਾਡਾ ਸਾਰਾ ਨਾਂ ਦਾ ਮਤਲਬ ਪ੍ਰੋਸੀਜਰ ਸਾਡਾ ਕੰਪਲੀਟ ਹੋ ਗਿਆ, ਹੁਣ ਅਸੀਂ ਅੱਗੇ ਆਪਣੇ ਕਮਰਿਆਂ ਦੀ ਤਿਆਰੀ ਕਰਨੀ ਹੈ। ਮੈਂ ਕਿਹਾ ਸੰਗਤ ਦਾ ਤੇ ਬਹੁਤ ਜ਼ਿਆਦਾ ਸਹਿਯੋਗ ਆ, ਸਾਡੀ ਕਮੇਟੀ ਇੰਨੀ ਮਿਹਨਤ ਕਰਦੀ ਆ, ਸਾਡੇ ਆਪਣਾ ਕਾਲੀ ਭਗਤ ਜੀ ਲੋਕਾਂ ਦੇ ਘਰ ਘਰ ਮਹਾਮਾਈ ਦੇ ਜੋਤ ਦਾ ਪ੍ਰਕਾਸ਼ ਕਰਕੇ ਗੁਣਗਾਨ ਕਰਦੇ ਆ, ਸਾਡੇ ਵੀਰਾ ਭਗਤ ਜੀ ਬਹੁਤ ਵਧੀਆ ਸਾਨੂੰ ਸਹਿਯੋਗ ਦਿੰਦੇ ਆ, ਸਾਡੇ ਕਿੰਦਾ ਭਗਤ ਜੀ ਆ ਬਹੁਤ ਜ਼ਿਆਦਾ ਸਹਿਯੋਗ ਕਰਦੇ ਆ, ਸਾਡੇ ਸ਼ੁਭਮ ਜੀ ਆ ਹਰ ਵੇਲੇ ਸਾਡੇ ਨਾਲ, ਸਾਡੇ ਆਪਣੇ ਮਹਾਂਭਗਤ ਭਗਤ ਸਾਡੇ ਬਹੁਤ ਜ਼ਿਆਦਾ ਸਹਿਯੋਗ ਕਰਦੇ ਆ, ਘਰ ਘਰ ਜਾ ਕੇ ਸਾਨੂੰ ਇੰਨਾ ਇੰਨਾ ਸਹਿਯੋਗ ਮਿਲਦਾ, ਹਰ ਸਾਲ ਸਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ, ਆਪਣੇ ਆਪ ਹੀ ਇਹ ਤਿਆਰੀ ਕਰ ਲੈਂਦੇ ਆ ਬਸ ਜੀ, ਤੇ ਬਸ ਉੱਥੇ ਮਹਾਂਮਾਈ ਦੇ ਦਰ ਤੇ ਜਾ ਕੇ ਇਹਨਾਂ ਨੇ ਜੋ ਕਰਨਾ ਇਹਨਾਂ ਨੇ ਹੀ ਸਾਰਾ ਉਹ ਕਰਨਾ, ਅਸੀਂ ਤਾਂ ਬਸ ਇੱਦਾਂ ਹੀ ਨਾਲ ਨਾਲ ਚੱਲ ਗਏ ਇਹਨਾਂ ਸਹਿਯੋਗ ਲਈ।